ਬੱਚਿਓ ਸਵਾਗਤ ਹੈ ਤੁਹਾਡਾ ਅੱਜ ਅਸੀਂ ਪੰਜਵੀਂ ਜਮਾਤ ਦਾ ਮੈਥ ਵਿਸ਼ੇ ਦਾ ਅਧਿਆਇ 9 ਆਇਤਨ ਜਿਸ ਦਾ ਅਭਿਆਸ 9.1 ਦਾ ਪ੍ਰਸ਼ਨ ਨੰਬਰ 9 10 11 12 ਅਤੇ ਐਮਸੀਕਿਊ ਕਰਾਂਗੇ ਜੋ ਪਿਛਲੇ ਕੁਐਸਚਨ ਸੀਐਸਸੀ ਪਿਛਲੀ ਵੀਡੀਓ ਹੀ ਕੀਤੇ ਹਨ ਆਓ ਸ਼ੁਰੂ ਕਰਦੇ ਹਾਂ ਨੌਵਾਂ ਕੁਐਸਚਨ ਹੈ ਬਾਜ਼ਾਰ ਵਿੱਚ ਦੋ ਪ੍ਰਕਾਰ ਦੇ ਪਾਊਡਰ ਦੇ ਡੱਬੇ ਮਿਲਦੇ ਹਨ ਏਕਾ 8 ਸੈਂਟੀਮੀਟਰ ਕਿਨਾਰੇ ਵਾਲਾ ਘਣ ਆਕਾਰ ਅਤੇ ਦੂਜਾ 15 ਸੈਂਟੀਮੀਟਰ ਲੰਬਾ 8 ਸੈਂਟੀਮੀਟਰ ਚੌੜਾ ਤੇ 4 ਸੈਂਟੀਮੀਟਰ ਉਚਾਈ ਵਾਲਾ ਕਣਾਕਾਰ ਡੱਬਾ ਹੈ ਦੱਸੋ ਕਿਸ ਡੱਬੇ ਵਿੱਚ ਵੱਧ ਪਾਊਡਰ ਆਵੇਗਾ ਤੇ ਕਿੰਨਾ ਜੇਕਰ ਦੋਹਾਂ ਦੀ ਕੀਮਤ ਇੱਕੋ ਜਿਹੀ ਹੋਵੇ ਤਾਂ ਤੁਸੀਂ ਕਿਹੜਾ ਡੱਬਾ ਲੈਣਾ ਪਸੰਦ ਕਰੋਗੇ ਬੱਚੇ ਦੋ ਤਰ੍ਹਾਂ ਦੇ ਕੁਐਸਚਨ ਹੈਗੇ ਦੇ ਵਿੱਚ ਇੱਕ ਦਾ ਜਿਹੜਾ ਪਾਊਡਰ ਦਾ ਡੱਬਾ ਹੈਗਾ ਕਾਣਾਕਾਰ ਹੈ ਜਿਸ ਦੀ ਸਾਈਡ ਹੈਗੀ ਪੂਜਾ 8 ਸੈਂਟੀਮੀਟਰ ਤੇ ਜਿਹੜਾ ਦੂਜਾ ਡੱਬਾ ਹੈ ਉਹ ਕਣਾਕਾਰ ਹੈ ਜਿਸ ਦੀ ਲੰਬਾਈ 15 ਸੈਂਟੀਮੀਟਰ ਚੌੜਾਈ 8 ਸੈਂਟੀਮੀਟਰ ਤੇ ਉਚਾਈ 8 ਸੈਂਟੀਮੀਟਰ ਸੀ ਦੋਨਾਂ ਦਾ ਆਇਤਨ ਕੱਢਾਂਗੇ ਤੇ ਅਸੀਂ ਦੇਖਾਂਗੇ ਕਿ ਇਹਦੇ ਵਿੱਚ ਜ਼ਿਆਦਾ ਪਾਊਡਰ ਆਵੇਗਾ ਤਾਂ ਸਭ ਤੋਂ ਪਹਿਲਾਂ ਅਸੀਂ ਕਣਾਕਾਰ ਵਾਲੇ ਡੱਬੇ ਦਾ ਆਇਤਨ ਕੱਢਾਂਗੇ ਕਣ ਆਕਾਰੀ ਪਾਊਡਰ ਦਾ ਡੱਬਾ ਉਸ ਦੀ ਜਿਹੜੀ ਪੂਜਾ ਹੈ ਡੱਬੇ ਦੀ ਉਹ ਕਿੰਨੀ ਹੈ 8 ਸੈਂਟੀਮੀਟਰ ਹੈ ਤੇ ਅਸੀਂ ਇਹਦਾ ਕੀ ਕੱਢਾਂਗੇ ਆਇਤਨ ਕਣਕਾਰੀ ਡੱਬੇ ਦਾ ਆਇਤਨ ਕਿੰਨਾ ਹੋਏਗਾ ਸੀ ਪਹਿਲੇ ਫਾਰਮੂਲਾ ਲਿਖਾਂਗੇ ਪੁਜਾ 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 ਤੇ ਕੀ ਹੈ ਇਹਦੇ ਵਿੱਚ ਪੁਜਾ ਹੈ ਸਾਡੀ 8 8 8 8 ਤੇ ਅਸੀਂ ਕਰਕੇ ਦੇਖਦੇ ਹਾਂ 8 ਨੂੰ 8 ਨਾਲ ਗੁਣਾ ਕਰਾਂਗੇ 8 8 64 ਤੇ ਹੁਣ ਅੱਗੇ ਨੈਕਸਟ ਫਿਰ 8 ਨਾਲ ਗੁਣਾ ਕਰਾਂਗੇ ਅਸੀਂ ਇਹਨੂੰ 8 4 32 ਦੇ 2 ਲੱਗੇ ਜੀ ਤੇ ਅੱਗੇ ਅੰਸਰ ਆ ਗਿਆ 384 ਦੇ 3 51 ਤੇ ਕਿੰਨਾ ਆ ਗਿਆ ਇਹ 512 ਜਿਹੜਾ ਕਾਣਾਕਾਰੀ ਡੱਬਾ ਹੈ ਉਸ ਦਾ ਜਿਹੜਾ ਆਇਤਨ ਹੈ ਉਹ 512 ਕਣ ਸੈਂਟੀਮੀਟਰ ਆ ਗਿਆ ਅਸੀਂ ਇਸ ਤੋਂ ਥੱਲੇ ਸਵਾਲ ਕਰਾਂਗੇ نیچے ਨੂੰ ਲਿਖਣੇ ਥਾਂ ਨਹੀਂ ਹੈਗੀ ਮੈਂ ਅੱਗੇ ਇਸ ਸਾਈਡ ਤੇ ਕਰਾਂਗਾ ਅਸੀਂ ਕੀ ਲਿਖਾਂਗੇ ਹੁਣ ਕਣਾਵਕਾਰ ਪਾਊਡਰ ਦਾ ਡੱਬਾ ਇਸ ਦਾ ਸੀ ਆਇਤਨ ਕੱਢਣਾ ਹੈ ਪਹਿਲੇ ਅਸੀਂ ਲਿਖਾਂਗੇ ਇਸ ਦੀ ਲੰਬਾਈ ਲੰਬਾਈ ਹੈ ਇਸ ਦੀ 15 ਸੈਂਟੀਮੀਟਰ ਚੌੜਾਈ ਚੌੜਾਈ ਇਸ ਦੀ 8 ਸੈਂਟੀਮੀਟਰ ਹੈ ਤੇ ਉਚਾਈ ਇਸ ਦੀ 4 ਸੈਂਟੀਮੀਟਰ ਹੈ ਇਸ ਦਾ ਸੀ ਕੀ ਕੱਢਣਾ ਹੈ ਆਇਤਨ ਆਇਤਨ ਦਾ ਫਾਰਮੂਲਾ ਕੀ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਤੇ ਅਸੀਂ ਕੀ ਲਿਖਾਂਗੇ 15 ਗੁਣਾ 8 ਤੇ ਗੁਣਾ 4 ਆਓ ਇੱਥੇ ਗੁਣਾ ਕਰ ਲੰਨੇ ਆਪਾਂ 15 ਨੂੰ 8 ਨਾਲ ਗੁਣਾ ਕਰਾਂਗੇ ਅਸੀਂ 120 40 ਆਹ ਸੌਰੀ ਤੇ 8 ਇੱਕ 8 4 20 ਕਿੰਨਾ ਆ ਗਿਆ 120 ਆ ਗਿਆ ਸਿੱਧਾ ਆਪਣਾ ਤੇ ਅੱਗੇ ਹੈ ਆਪਣੇ 4 ਨਾਲ ਗੁਣਾ ਕਰਾਂਗੇ ਅਸੀਂ ਇਹਨੂੰ ਆਹ 4 ਨਾਲ ਕੀ ਆਵੇਗਾ 400 428 ਤੇ 414 480 ਤੇ ਇਸ ਤਰ੍ਹਾਂ ਘਣਾਵਕਾਰ ਜਿਹੜਾ ਪਾਊਡਰ ਡੱਬਾ ਹੈ ਉਸ ਦਾ ਜਿਹੜਾ আয়ਤਨ ਹੈ ਉਹ ਆ ਗਿਆ 480 ਕਣ ਸੈਂਟੀਮੀਟਰ ਤੇ ਬੱਚਿਓ ਦੇਖੋ ਸਾਹਮਣੇ ਦਿਖਾਈ ਦੇ ਰਿਹਾ ਹੈ ਕਿ ਜਿਹੜਾ ਘਣਾਕਾਰੀ ਡੱਬਾ ਹੈ ਉਸ ਦਾ আয়ਤਨ ਜ਼ਿਆਦੇ ਹੈ ਤੇ ਉਸ ਵਿੱਚ ਜਿਹੜਾ ਹੈਗਾ ਪਾਊਡਰ ਜ਼ਿਆਦੇ ਆਵੇਗਾ ਕਿੰਨਾ ਜ਼ਿਆਦੇ ਆਵੇਗਾ ਅਸੀਂ ਕੀ ਕਰਾਂਗੇ 512 ਵਿੱਚੋਂ 480 ਨੂੰ ਘਟਾ ਦਾਂਗੇ ਤੇ ਕਿੰਨਾ ਆ ਗਿਆ ਸਾਡੇ ਕੋਲ ਇੱਥੇ 2 ਤੇ ਇੱਥੇ 11 ਬਣ ਕੇ 3 ਤੇ ਦੇਖੋ ਕੀ ਹੈ ਇਹਦੇ ਵਿੱਚ ਜਿਹੜਾ ਕਣਕ ਵਾਲੀ ਡੱਬਾ ਹੈ ਉਹਦੇ ਵਿੱਚ 32 ਕਣ ਸੈਂਟੀਮੀਟਰ ਜਿਹੜਾ ਪਾਊਡਰ ਹੈ ਉਹ ਵੱਧ ਆਵੇਗਾ ਕਣਕ ਵਾਲੀ ਪਾਊਡਰ ਡੱਬੇ ਵਿੱਚ 32 ਕਣ ਸੈਂਟੀਮੀਟਰ ਪਾਊਡਰ ਆਵੇਗਾ ਵੱਧ ਤੇ ਅਸੀਂ ਕਿਹੜਾ ਲੈਣਾ ਪਸੰਦ ਕਰਾਂਗੇ ਅਸੀਂ ਕਣਕ ਵਾਲੀ ਇਹ ਹੀ ਡੱਬਾ ਲੈਣਾ ਪਸੰਦ ਕਰਾਂਗੇ ਕਿਉਂਕਿ ਇਸ ਵਿੱਚ ਵੱਧ ਪਾਊਡਰ ਆਵੇਗਾ ਅਸੀਂ ਕਣਕ ਵਾਲੀ ਪਾਊਡਰ ਡੱਬਾ ਲੈਣਾ ਪਸੰਦ ਕਰਾਂਗੇ ਬੱਚੇ ਦੋ ਕੁਐਸਚਨ ਦੇਣੇ ਸੀ ਆਪਦੇ ਕੋਈ ਕੁਐਸਚਨ ਸੀਗੇ ਆਨਸਰ ਦੇਣੇ ਸੀ ਆਪਾਂ ਨੇ ਕਿ ਪਹਿਲਾ ਸੀ ਦੱਸੋ ਕਿਸ ਡੱਬੇ ਵਿੱਚ ਬੱਦ ਪਾਊਡਰ ਆਵੇਗਾ ਕਿੰਨਾ ਅਤੇ ਅਸੀਂ ਕਿਹੜਾ ਡੱਬਾ ਲੈਣਾ ਪਸੰਦ ਕਰੋਗੇ ਤੇ ਸਾਡੇ ਦੋਨੋਂ ਉੱਤਰ ਆ ਗਏ ਹੈ ਤੇ ਸਾਡਾ ਕੀ ਸੀਗਾ ਉੱਤਰ ਨੈਕਸਟ ਕੁਐਸਚਨ ਹੈ ਪ੍ਰਸ਼ਨ ਨੰਬਰ 10 ਇੱਕ 12 ਮੀਟਰ ਲੰਬੀ 3 ਮੀਟਰ ਉਚਾਈ ਤੇ 24 ਸੈਂਟੀਮੀਟਰ ਮੋਟੀ ਕੰਧ ਨੂੰ ਬਣਾਉਣ ਲਈ 24 ਸੈਂਟੀਮੀਟਰ ਲੰਬਾਈ 12 ਸੈਂਟੀਮੀਟਰ ਚੌੜਾਈ ਅਤੇ 8 ਸੈਂਟੀਮੀਟਰ ਮੋਟਾਈ ਵਾਲੀਆਂ ਕਿੰਨੀਆਂ ਇਟਾਂ ਲੱਗਣਗੀਆਂ ਬੱਚੋ ਡਬਲ ਸਵਾਲ ਆਇਆ ਪਹਿਲੇ ਅਸੀਂ ਕਾਂੰਧ ਦਾ ਆਇਤਨ ਕੱਢਾਂਗੇ ਫਿਰ ਅਸੀਂ ਇੱਟ ਦਾ ਆਇਤਨ ਕੱਢਾਂਗੇ ਫਿਰ ਸਾਨੂੰ ਪਤਾ ਲੱਗੇਗਾ ਕਾਂੰਧ ਨੂੰ ਬਣਾਉਣ ਲਈ ਕਿੰਨੀ ਇੱਟ ਲੱਗੂਗੀਆਂ ਸੋ ਤੋਂ ਪਹਿਲਾਂ ਅਸੀਂ ਕਾਂੰਧ ਦਾ ਆਇਤਨ ਕੱਢਾਂਗੇ ਕਾਂੰਧ ਦੀ ਲੰਬਾਈ ਲਿਖਦੇ ਹਾਂ ਕਾਂੰਧ ਦੀ ਲੰਬਾਈ ਕਿੰਨੀ ਹੈ 12 ਮੀਟਰ ਤੇ ਬਾਕੀ ਸਾਰ ਜਿਹੜੀਆਂ ਹੈਗੀਆਂ ਦਿੱਤੇ ਹੋਏ ਆ ਸੈਂਟੀਮੀਟਰਾਂ ਦਿੱਤੀ ਹੋਈ ਹੈ ਤੇ ਅਸੀਂ ਉਹ ਇਹਦੇ ਵੀ ਸੈਂਟੀਮੀਟਰ ਬਣਾਵਾਂਗੇ 1 ਮੀਟਰ ਵਿੱਚ 100 ਸੈਂਟੀਮੀਟਰ ਤੇ 12 ਮੀਟਰ ਵਿੱਚ 1200 ਸੈਂਟੀਮੀਟਰ ਹੋਗੇ ਕੰਧ ਦੀ ਜਿਹੜੀ ਚੌੜਾਈ ਹੈ ਉਹ ਹੈ ਸਾਡੇ ਕੋਲ 3 ਮੀਟਰ ਤੇ ਇਸ ਨੂੰ ਵੀ ਸੈਂਟੀਮੀਟਰਾਂ ਵਿੱਚ ਬਦਲਾਂਗੇ ਤੇ ਇਹ ਹੋ ਗਏ ਸਾਡੇ ਕੋਲ 300 ਸੈਂਟੀਮੀਟਰ ਜਿਹੜੀ ਇਕਾਈਆਂ ਹੈਗੀਆਂ ਸਾਰੀਆਂ ਇੱਕੋ ਜੀਆਂ ਹੋਣੀਆਂ ਚਾਹੀਦੀਆਂ ਮਤਲਬ ਜਾਂ ਤਾਂ ਸਾਰੇ ਮੀਟਰ ਹੋ ਜਾਣ ਜਾਂ ਸਾਰੇ ਸੈਂਟੀਮੀਟਰ ਜੇ ਇੱਕ ਮੀਟਰ ਹੈ ਇੱਕ ਸੈਂਟੀਮੀਟਰ ਵਿੱਚ ਸਾਡਾ ਸਵਾਲ ਨਹੀਂ ਨਿਕਲੇਗਾ ਨੈਕਸਟ ਹੈ ਕੰਧ ਦੀ ਉਚਾਈ ਕੰਧ ਦੀ ਉਚਾਈ ਹੈ 24 ਸੈਂਟੀਮੀਟਰ ਦੈਸ ਇਸ ਦਾ ਆਇਤਨ ਕੱਢਾਂਗੇ ਫਾਰਮੂਲਾ ਲਿਖਾਂਗੇ ਲੰਬਾਈ ਗੁਣਾ ਚੌੜਾਈ ਗੁਣਾ ਚਾਈ ਲੰਬਾਈ ਸਾਡੇ ਕੋਲ ਹੈਗੀ ਹੈ 1200 ਸੈਂਟੀਮੀਟਰ ਚੌੜਾਈ 300 ਸੈਂਟੀਮੀਟਰ ਤੇ ਉਚਾਈ 24 ਸੈਂਟੀਮੀਟਰ ਆਹ ਗੁਣਾ ਕਰਕੇ ਦੇਖਦੇ ਹਾਂ 1200 ਨੂੰ ਅਸੀਂ ਗੁਣਾ ਕਰਾਂਗੇ 300 ਨਾਲ ਇਹਦੇ ਵਿੱਚ ਅਸੀਂ ਟ੍ਰਿਕ ਲਗਾਵਾਂਗੇ ਛੋਟਾ ਜਿਹਾ ਦੋ ਜ਼ੀਰੋ ਇਹ ਹੈਗੀਆਂ ਦੋ ਇੱਥੇ ਹੈਗੀਆਂ ਅਸੀਂ ਚਾਰ ਜ਼ੀਰੋ ਥੱਲੇ ਲਿਖ ਲਓ ਤੇ ਅੱਗੇ ਅਸੀਂ 12 ਨੂੰ ਤਿੰਨ ਨਾਲ ਗੁਣਾ ਕਰ ਦਵਾਂਗੇ ਤੇ 12 3 36 ਅੱਗੇ 24 ਨਾਲ ਗੁਣਾ ਕਰਾਂਗੇ ਦੁਬਾਰਾ ਇਹਨੂੰ ਤੇ ਇਹਦੇ ਵਿੱਚ ਵੀ ਟ੍ਰਿਕ ਲਗਾਵਾਂਗੇ ਥੋੜਾ ਜਿਹਾ ਅਸੀਂ ਦੇਖੋ 40 ਪਹਿਲੇ ਸਾਈਡ ਤੋਂ ਲਿਖ ਲਓ ਥੱਲੇ ਤੇ 36 ਨੂੰ 24 ਨਾਲ ਗੁਣਾ ਕਰ ਦਿਓ 4 6 24 4 3 12 ਤੇ ਤੇ 14 ਇੱਥੇ 0 ਲਗਾਓ 2 6 12 ਤੇ 2 3 6 ਤੇ 1 7 ਅਸੀਂ ਇਹਨਾਂ ਨੂੰ ਜੋੜ ਕਰਾਂਗੇ ਅੱਗੇ ਆ 4 ਜੀ ਤਾਂ ਸਿੱਧੀਆਂ ਥੱਲੇ ਆ ਗਈਆਂ ਅੱਗੇ 4 4 ਤਾਂ 2 6 7 ਤਾਂ 1 8 ਤੇ ਸਾਡਾ ਜਿਹੜਾ ਕੰਧ ਦਾ ਜਿਹੜਾ ਆਇਤਨ ਆ ਸਾਡੇ ਕੋਲ ਆ ਗਿਆ 86 ਲੱਖ 40 ਹਜ਼ਾਰ ਘਣ ਸੈਂਟੀਮੀਟਰ 79 ਇੱਟ ਦਾ ਆਇਤਨ ਕੱਢਾਂਗੇ ਇੱਟ ਦੀ ਲੰਬਾਈ ਲਿਖਾਂਗੇ ਸਭ ਤੋਂ ਪਹਿਲਾਂ 12 ਸੈਂਟੀਮੀਟਰ ਸੌਰੀ 24 ਸੈਂਟੀਮੀਟਰ ਹੈ ਇੱਟ ਦੀ ਚੌੜਾਈ 12 ਸੈਂਟੀਮੀਟਰ ਹੈ ਤੇ ਇੱਟ ਜਿਹੜੀ ਮੋਟਾਈ ਮੋਟਾਈ ਨੂੰ ਅਸੀਂ ਚਾਈ ਕਵਾਂਗੇ 8 ਸੈਂਟੀਮੀਟਰ ਹੈ ਅਸੀਂ ਇਸ ਦਾ ਆਇਤਨ ਕੱਢਾਂਗੇ ਫਾਰਮੂਲਾ ਹੈ ਸਾਡੇ ਕੋਲ ਲੰਬਾਈ ਗੁਣਾ ਚੌੜਾਈ ਗੁਣਾ ਚਾਈ ਅਸੀਂ ਕਰਾਂਗੇ 24 ਗੁਣਾ 12 ਗੁਣਾ 8 ਤੇ ਜੂ ਗੁਣਾ ਕਰਕੇ ਦੇਖਦੇ ਆ 24 ਨੂੰ 12 ਨਾਲ ਗੁਣਾ ਕਰਦੇ ਆ ਆਪਾਂ ਤੇ 4 8 ਤੇ 2 2 4 ਆ ਗਏ ਅੱਗੇ ਇੱਥੇ ਜ਼ੀਰੋ ਲਗਾਓ ਤੇ 1 4 4 1 2 2 ਤੇ ਸਾਡੇ ਕੋਲ ਆ ਗਿਆ ਇਹ 8 4 4 8 ਤੇ 2 288 ਨੂੰ ਸੀ 8 ਨਾਲ ਗੁਣਾ ਕਰਾਂਗੇ ਅੱਗੇ 8 8 64 6 ਆ ਗਿਆ 84 6 70 ਜ਼ੀਰੋ ਆ ਗਏ 88 1623 ਤੇ ਸਾਡੇ ਕੋਲ ਦੇਖੋ ਇੱਟ ਦਾ ਜਿਹੜਾ আয়ਤਨਾ ਸਾਡੇ ਕੋਲ ਨਿਕਲ ਕੇ ਆ ਗਿਆ ਹੈ 2304 ਕਣ ਸੈਂਟੀਮੀਟਰ ਦੇਖੋ ਸਾਡੇ ਕੋਲ ਕੰਧ ਦਾ ਵੀ ਆਇਤਨ ਆ ਗਿਆ ਤੇ ਇੱਟ ਦਾ ਵੀ ਆ ਗਿਆ ਤੇ ਅਸੀਂ ਹੁਣ ਦੇਖਾਂਗੇ ਕੰਧ ਨੂੰ ਬਣਾਉਣ ਲਈ ਕਿੰਨੀ ਆਟਾ ਲੱਗਾ ਲੱਗੂਗੀਆਂ ਤੇ ਅਸੀਂ ਕਿੱਦਾਂ ਕਰ ਕੱਢਾਂਗੇ ਕੰਧ ਬਣਾਉਣ ਲਈ ਇੱਟਾਂ ਲੱਗਣੀਆਂ ਕੀ ਕਰਾਂਗੇ ਅਸੀਂ ਜਿਹੜਾ ਕੰਧ ਦਾ ਆਇਤਨ ਲਿਖਾਂਗੇ 86 ਲੱਖ 40 ਹਜ਼ਾਰ ਇਸ ਨੂੰ ਭਾਗ ਕਰਾਂਗੇ ਅਸੀਂ ਇੱਟਾਂ ਦੇ ਆਇਤਨ ਨਾਲ ਤੇ ਇੱਟਾਂ ਦਾ ਆਇਤਨ ਹੈ 2304 ਬਸ ਅਸੀਂ ਭਾਗ ਕਰਦੇ ਹਾਂ ਅ ਇੱਥੇ ਕੀ ਲਿਖਾਂਗੇ ਅਸੀਂ 86 ਲੱਖ 40 ਹਜ਼ਾਰ ਲਿਖਾਂਗੇ ਕੰਧ ਦਾ ਆਇਤਨ ਭਾਗ ਦੇਵਾਂਗੇ ਅਸੀਂ 2304 ਨਾਲ ਸਭ ਤੋਂ ਪਹਿਲਾਂ ਅਸੀਂ 3 ਨਾਲ ਭਾਗ ਕਰਾਂਗੇ ਇਹਨੂੰ ਗੁਣਾ ਕਰਕੇ ਆਏਗਾ ਜੀ 6912 ਤੇ ਇਹਦੇ ਚ ਅਸੀਂ ਨੂੰ ਘਟਾਵਾਂਗੇ ਘਟਾ ਕੇ ਸਾਡੇ ਕੋਲ ਆ ਗਿਆ 1728 ਥੱਲੇ ਜ਼ੀਰੋ ਉਤਾਰਾਂਗੇ ਅਸੀਂ ਤੇ ਹੁਣ ਇਹ ਜਾਏਗਾ 7 ਨਾਲ ਤੇ ਇੱਥੇ ਆ ਗਿਆ ਸਾਡੇ ਕੋਲ 16128 ਤੇ ਅਸੀਂ ਘਟਾਵਾਂਗੇ ਤੇ ਕਿੰਨਾ ਆ ਗਿਆ ਸਾਡੇ ਕੋਲ 1152 ਜ਼ੀਰੋ ਥੱਲੇ ਉਤਾਰਾਂਗੇ ਫਿਰ ਅਸੀਂ 5 ਨਾਲ ਇਹਨੂੰ ਭਾਗ ਕਰਾਂਗੇ ਤੇ 5 ਨਾਲ ਭਾਗ ਕਰਨ ਨਾਲ ਸਾਡੇ ਕੋਲ 11500 ਵੀ ਆ ਗਿਆ ਘਟਾਵਾਂਗੇ ਅਸੀਂ ਨੂੰ ਤੇ ਜ਼ੀਰੋ ਆ ਗਈ ਫਿਰ ਜ਼ੀਰੋ ਉਤਾਰਾਂਗੇ ਇੱਕ ਤੇ ਅੱਗੇ ਲਾਸਟ ਜ਼ੀਰੋ ਲੱਗ ਜਾਏਗੀ ਤੇ ਇਸ ਤਰ੍ਹਾਂ ਸਾਨੂੰ ਪਤਾ ਚੱਲ ਗਿਆ ਕਿ ਕੰਦ ਬਣਾਉਣ ਲਈ ਸਾਨੂੰ 3750 ਟਾਂ ਲੱਗਣ ਗਿਆ ਇਹ ਸਾਡਾ ਸੀ ਉੱਤਰ ਨੈਕਸਟ ਸਵਾਲ ਹੈ ਬਿਸਕੁਟਾਂ ਦੇ ਪੈਕਟ ਦੀ ਲੰਬਾਈ 15 ਸੈਂਟੀਮੀਟਰ ਚੌੜਾਈ 9 ਸੈਂਟੀਮੀਟਰ ਅਤੇ ਉਚਾਈ 6 ਸੈਂਟੀਮੀਟਰ ਹੈ ਜੇਕਰ ਇਹ ਪੈਕਟ ਵਿੱਚ ਕੁੱਲ 30 ਬਿਸਕੁਟ ਹੋਣ ਤਾਂ ਹਰੇਕ ਬਿਸਕੁਟ ਦਾ আয়ਤਨ ਪਤਾ ਕਰੋ ਪਹਿਲੇ ਸੀ ਬਿਸਕੁਟਾਂ ਦੇ ਪੈਕਟ ਦਾ ਸੀ আয়ਤਨ ਕੱਢਾਂਗੇ ਬਿਸਕੁਟਾਂ ਦੇ ਪੈਕਟ ਦੀ ਲੰਬਾਈ ਹੈ ਸਾਡੇ ਕੋਲ 15 ਸੈਂਟੀਮੀਟਰ ਤੇ ਇਸ ਦੀ ਚੌੜਾਈ ਹੈ ਸਾਡੇ ਕੋਲ 9 ਸੈਂਟੀਮੀਟਰ ਤੇ ਉਚਾਈ ਹੈ 6 ਸੈਂਟੀਮੀਟਰ ਤੇ ਇਸ ਦਾ ਅਸੀਂ ਆਇਤਨ ਕੱਢਣਾ ਹੈ ਆਇਤਨ ਦਾ ਫਾਰਮੂਲਾ ਹੈ ਲੰਬਾਈ ਗੁਣਾ ਚੌੜਾਈ ਗੁਣਾ ਚਾਈ ਲੰਬਾਈ 15 ਆ ਗਈ ਸਾਡੇ ਕੋਲ 15 ਗੁਣਾ ਚੌੜਾਈ 9 ਤੇ ਉਚਾਈ 6 ਅਸੀਂ ਗੁਣਾ ਕਰ ਲੈਣੇ ਆ ਇਹਨੂੰ 15 ਨੂੰ 9 ਨਾਲ ਗੁਣਾ ਕਰਾਂਗੇ 9 5 45 ਅਸਲ 4 9 13 ਹੁਣ ਅਸੀਂ ਇਹਨੂੰ 6 ਨਾਲ ਗੁਣਾ ਕਰਾਂਗੇ ਤੇ ਅੱਗੇ ਕੀ ਆਏਗਾ 6530 0 ਆਗੇ 6318 321 6 ਕਮ 6 ਤੇ 2 8 ਤੇ ਸਾਡੇ ਕੋਲ ਜਿਹੜਾ ਬਿਸਕੁਟਾਂ ਦੇ ਪੈਕਟ ਦਾ ਆਇਤਨ ਹੈ 810 ਘਣ ਸੈਂਟੀਮੀਟਰ ਹੋਏਗਾ ਤੇ ਦੇਖੋ ਜਿਹੜਾ ਬਿਸਕੁਟਾਂ ਦਾ ਪੈਕਟ ਹੈ ਉਸ ਵਿੱਚ 30 ਬਿਸਕੁਟ ਹੈਗੇ ਮਤਲਬ 30 ਬਿਸਕੁਟਾਂ ਦਾ ਸਾਡੇ ਕੋਲ ਜਿਹੜਾ ਆਇਤਨ ਆ ਗਿਆ ਉਹ ਆ ਗਿਆ 810 ਘਣ ਸੈਂਟੀਮੀਟਰ ਅਸੀਂ ਇੱਕ ਬਿਸਕੁਟ ਦਾ ਆਇਤਨ ਕੱਢਣਾ ਹੈਗਾ ਕੀ ਕਰਾਂਗੇ ਅਸੀਂ ਅਸੀਂ 810 ਨੂੰ 30 ਨਾਲ ਭਾਗ ਕਰਾਂਗੇ ਅ ਦੇਖੋ ਅਸੀਂ ਭਾ ਕਰਕੇ ਦੇਖਦੇ ਹਾਂ 30 ਪਹਿਲੇ 2 ਨਾਲ ਜਾਏਗਾ 30 2 60 ਹੈ ਅਸੀਂ ਘਟਾਵਾਂਗੇ ਪਹਿਲੇ ਇੱਥੇ ਆ ਗਿਆ 1 8 6 ਘਟੇ 2 21 0 ਥੱਲੇ ਲੈ ਕੇ ਆਵਾਂਗੇ 30 7 210 ਤੇ ਸਾਡੇ ਕੋਲ ਦੇਖੋ ਕੀ ਹੈ 27 ਤੇ ਇੱਕ ਜਿਹੜਾ ਬਿਸਕੁਟ ਹੈ ਉਸ ਦਾ ਆਇਤਨ ਹੋ ਗਿਆ ਸਾਡੇ ਕੋਲ 27 ਕਣ ਸੈਂਟੀਮੀਟਰ ਨੈਕਸਟ ਹੈ ਸਾਡੇ ਕੋਲ ਪ੍ਰਸ਼ਨ ਨੰਬਰ 12 ਇੱਕ ਟਰਾਲੀ ਇਟਾਂ ਨਾਲ ਪੂਰੀ ਭਰੀ ਹੋਈ ਹੈ ਇਸ ਟਰਾਲੀ ਦੀ ਲੰਬਾਈ 4 ਮੀਟਰ ਚੌੜਾਈ 2 ਮੀਟਰ ਅਤੇ ਡੂੰਘਾਈ 60 ਸੈਂਟੀਮੀਟਰ ਹੈ ਇੱਕ ਇਟ ਦੀ ਲੰਬਾਈ 20 ਸੈਂਟੀਮੀਟਰ ਚੌੜਾਈ 10 ਸੈਂਟੀਮੀਟਰ ਤੇ ਉਚਾਈ 6 ਸੈਂਟੀਮੀਟਰ ਹੈ ਟਰਾਲੀ ਵਿੱਚ ਕਿੰਨੀਆਂ ਇਟਾਂ ਹੋਣਗੀਆਂ ਜੋ ਅਸੀਂ ਪਹਿਲਾ ਸਵਾਲ ਕੀਤਾ ਕੰਦ ਵਾਲਾ ਬਿਲਕੁਲ ਉਸੇ ਤਰ੍ਹਾਂ ਹੈ ਪਹਿਲੇ ਅਸੀਂ ਟਰਾਲੀ ਦਾ ਆਇਤਨ ਕੱਢਾਂਗੇ ਫਿਰ ਇਟ ਦਾ ਆਇਤਨ ਕੱਢਾਂਗੇ ਤੇ ਸਾਨੂੰ ਪਤਾ ਲੱਗ ਜਾਏਗਾ ਟਰਾਲੀ ਵਿੱਚ ਕਿੰਨੀਆਂ ਇਟਾਂ ਹਨ ਸਭ ਤੋਂ ਪਹਿਲਾਂ ਟਰਾਲੀ ਦਾ ਆਇਤਨ ਕੱਢਾਂਗੇ ਅਸੀਂ ਲਿਖਾਂਗੇ ਅਸੀਂ ਟਰਾਲੀ ਦੀ ਲੰਬਾਈ ਕਿੰਨੀ ਹੈ 4 ਮੀਟਰ ਤੇ 380 ਸੈਂਟੀਮੀਟਰ ਅਸੀਂ ਪੁੱਛਾਂਗੇ ਕਿ ਸਾਰੀਆਂ ਜਿਹੜੀਆਂ ਇਕਾਈਆਂ ਹੈ ਉਹ ਸੈਂਟੀਮੀਟਰ ਵਿੱਚ ਕਰਨੀਆਂ ਹਨ ਅਸੀਂ ਇੱਕ ਇਕਾਈ ਮੀਟਰ ਵਿੱਚ ਤੇ ਇੱਕ ਸੈਂਟੀਮੀਟਰ ਹੋਵੇ ਸਵਾਲ ਨਹੀਂ ਨਿਕਲਦਾ ਹੈ ਤੇ 1 ਮੀਟਰ ਵਿੱਚ ਹੁੰਦੇ ਆ 100 ਸੈਂਟੀਮੀਟਰ 400 ਹੋਗੇ 400 ਸੈਂਟੀਮੀਟਰ ਇਸੇ ਤਰ੍ਹਾਂ ਟਰਾਲੀ ਦੀ ਜਿਹੜੀ ਚੌੜਾਈ ਹੈ ਉਹ ਹੈ 2 ਮੀਟਰ ਤੇ ਇਹ ਬਣ ਦੇ ਸਾਡੇ ਕੋਲ 200 ਸੈਂਟੀਮੀਟਰ ਟਰਾਲੀ ਦੀ ਉਚਾਈ ਜਿਹੜੀ ਡੂੰਘਾਈ ਹੋ ਉਚਾਈ ਲਿਖਾਂਗੇ ਅਸੀਂ 60 ਸੈਂਟੀਮੀਟਰ ਹੈ ਟਰਾਲੀ ਦਾ ਆਇਤਨ ਇਸ ਦਾ ਫਾਰਮੂਲਾ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਤੇ ਅਸੀਂ ਲਿਖਾਂਗੇ 400 ਗੁਣਾ 200 ਗੁਣਾ 60 ਗੁਣਾ ਕਰਕੇ ਦੇਖ ਲੈਣੇ ਆ 400 ਨਾਲ 80 200 ਨਾਲ ਗੁਣਾ ਕਰਾਂਗੇ ਇਹਦੇ ਛੋਟਾ ਜਿਹਾ ਟ੍ਰਿਕ ਲਗਾਵਾਂਗੇ ਦੋ ਜ਼ੀਰੋ ਉੱਪਰ ਹੈ ਦੋ ਥੱਲੇ ਤੇ ਤੇ ਚਾਰ ਜ਼ੀਰੋ ਲਿਖ ਲਓ 4 ਦੋਣੀ 8 ਤੇ ਇਸੇ ਤਰ੍ਹਾਂ ਅਸੀਂ ਇਹਨੂੰ 60 ਨਾਲ ਗੁਣਾ ਕਰਾਂਗੇ ਅੱਗੇ ਇਹਦੇ ਵਿੱਚ ਵੀ ਟ੍ਰਿਕ ਲਗਾਵਾਂਗੇ ਗੁਣਾ ਵਾਲਾ 4 ਜ਼ੀਰੋ ਆਹ ਤਾਂ ਇੱਕ ਉੱਤੇ 5 ਜ਼ੀਰੋ ਲਿਖ ਲਓ ਤੇ 8 ਛੀਕ 48 ਤੇ ਸਾਡਾ ਜਿਹੜਾ ਟਰਾਲੀ ਦਾ আয়ਤਨ ਹੈ ਉਹ 48 ਨਾਲ ਖਾ ਗਿਆ ਇਸੇ ਤਰ੍ਹਾਂ ਅਸੀਂ ਇੱਟਾਂ ਦਾ ਆਇਤਨ ਕੱਢਾਂਗੇ ਇੱਟ ਦੀ ਲੰਬਾਈ ਹੈ ਸਾਡੇ ਕੋਲ 20 ਸੈਂਟੀਮੀਟਰ ਇੱਟ ਦੀ ਚੌੜਾਈ ਹੈ ਸਾਡੇ ਕੋਲ 10 ਸੈਂਟੀਮੀਟਰ ਤੇ ਇੱਟ ਦੀ ਜਿਹੜੀ ਉਚਾਈ ਹੈ ਉਹ ਹੈ 6 ਸੈਂਟੀਮੀਟਰ ਇਸ ਦਾ ਅਸੀਂ ਆਇਤਨ ਕੱਢਾਂਗੇ ਇੱਟ ਦਾ ਆਇਤਨ ਦਾ ਫਾਰਮੂਲਾ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਤੇ ਅਸੀਂ ਲਿਖਾਂਗੇ 20 10 6 ਗੁਣਾ ਕਰਕੇ ਦੇਖਦੇ ਆ ਇਹਨੂੰ ਹਾਂ 20 نو 30 ਨਾਲ ਗੁਣਾ ਕਰਨੀ ਹੈ ਤੇ ਸਿੱਧਾ ਆ ਗਿਆ ਸਾਡੇ ਕੋਲ 20 ਥੱਲੇ ਆ ਗਿਆ 212 ਹੋ ਗਿਆ 200 ਤੇ ਨੋ ਅਸੀਂ 6 ਨਾਲ ਗੁਣਾ ਕਰਾਂਗੇ ਇਸੇ ਤਰ੍ਹਾਂ ਕਰਾਂਗੇ ਪਹਿਲੇ 600 600 ਤੇ 6 ਦੁਨੀ 12 ਤੇ ਸਾਡੇ ਕੋਲ ਇੱਟ ਦਾ আয়ਤਨ ਆ ਗਿਆ ਸਾਡੇ ਕੋਲ 1200 ਕਣ ਸੈਂਟੀਮੀਟਰ ਹੁਣ ਅਸੀਂ ਦੇਖਣਾ ਹੈ ਇਟਾਂ ਕਿੰਨੀਆਂ ਹੈਗੀਆਂ ਟਰਾਲੀ ਵਿੱਚ ਤੇ ਟਰਾਲੀ ਵਿੱਚ ਇਟਾਂ ਹੋਣਗੀਆਂ ਅਸੀਂ ਕਰਾਂਗੇ ਪਹਿਲੇ ਜੋ ਟਰਾਲੀ ਦਾ আয়ਤਨ ਹੈ ਉਸ ਨੂੰ ਅਸੀਂ ਭਾਗ ਕਰਾਂਗੇ ਇਟ ਦੇ আয়ਤਨ ਨਾਲ ਤੇ ਆਪ ਆ ਕਰਕੇ ਦੇਖਦੇ ਹਾਂ ਇੱਥੇ ਅਸੀਂ ਕਿ 48 ਲੱਖ ਲਿਖ ਲਿਆ ਇਸ ਨੂੰ ਅਸੀਂ ਕਰਾਂਗੇ 1200 ਨਾਲ ਭਾ ਕਰਾਂਗੇ 1248 ਤੇ ਸਾਰੇ ਕੋਲ 4800 ਆ ਗਿਆ ਘਟਾਵਾਂਗੇ ਅਸੀਂ ਜ਼ੀਰੋ ਆ ਗਈ ਦੇਖੋ ਹੁਣ ਅੱਗੇ 3 ਜ਼ੀਰੋ ਹੈਗੀਆਂ 1 ਜ਼ੀਰੋ ਉਤਾਰੀ ਹੈ ਉੱਤੇ ਜ਼ੀਰੋ ਲੱਗ ਜਾਏਗੀ ਤੇ ਫੇਰ ਜ਼ੀਰੋ ਥੱਲੇ ਉਤਾਰੀ ਹੈ ਦੂਜੀ ਤੇ ਫੇਰ ਜ਼ੀਰੋ ਆ ਗਿਆ ਤੇ ਇੱਕ ਜ਼ੀਰੋ ਹੋਰ ਹੈ ਤੇ ਇੱਕ ਜ਼ੀਰੋ ਹੋਰ ਲੱਗ ਜਾਏਗੀ ਨਿਸਾਨੋ ਪਤਾ ਚਲ ਗਿਆ ਕਿ ਇੱਕ ਟਰਾਲੀ ਵਿੱਚ ਕਿੰਨੀਆਂ ਇੱਟਾਂ ਹੈਗੀਆਂ 400 ਚੋਰੀ 4000 ਇੱਟਾਂ ਹੋਣਗੀਆਂ ਤੇ ਸਾਡਾ ਇਹ ਆਨਸਰ ਆ ਗਿਆ ਨੈਕਸਟ ਹੈ ਸਾਡੇ ਕੋਲ ਖਾਲੀ ਥਾਵਾਂ ਭਰਨੀਆਂ ਹਨ ਕਣ ਦਾ ਆਇਤਨ ਕਣ ਦਾ ਆਇਤਨ ਕੀ ਹੁੰਦਾ ਪੂਜਾ ਗੁਣਾ ਪੂਜਾ ਗੁਣਾ ਪੂਜਾ ਅਗੇ ਕਣਾਵ ਦਾ ਆਇਤਨ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਕਿਸੇ ਠੋਸ ਦੁਆਰਾ ਘੇਰੀ ਗਈ ਥਾਂ ਨੂੰ ਉਸ ਠੋਸ ਦਾ ਕੀ ਆਖਦੇ ਹਨ ਅਸੀਂ ਆਇਤਨ ਆਖਦੇ ਹਾਂ लास्ट है का बहुविकल्पिक प्रश्न है एम सी क्यों है नौ सेंटीमीटर भुजा वाले घन का आयतन किन्ना होगा नौ गुणा नौ गुणा नौ ये को जाएगा सत्त सौ उन्ती घेंटीमीटर एक घनाव का आयतन पता करो जिस जिसकी लंबाई छः सेंटीमीटर चौड़ाई चार सेंटीमीटर तो चाहिए दो सेंटीमीटर है लंबाई गुणा चौड़ाई गुणा चाहिए छः चौके चौबी चौबी गुना अड़ताली आएगा आयतन घ अड़ताली घन सेंटीमीटर ਆਇਤਨ ਦੀ ਮੂਲ ਇਕਾਈ ਕਿਹੜੀ ਨਹੀਂ ਹੈ ਨਹੀਂ ਹੈ ਨਹੀਂ ਹੈ ਬਾਰਗਮੀਟਰ ਨਹੀਂ ਹੈ ਤੇ ਜਿਸ ਕਣਾਵ ਦੇ ਸਾਰੇ ਕਿਨਾਰੇ ਬਰਾਬਰ ਹੋਣ ਉਸਨੂੰ ਕੀ ਕਿਹਾ ਜਾਂਦਾ ਹੈ ਉਸਨੂੰ ਉਸਨੂੰ ਘਣ ਕਿਹਾ ਜਾਂਦਾ ਹੈ ਧੰਨਵਾਦ ਬੱਚਿਓ